ਪਤਾ ਹੈ ਕੁਛ ਨਹੀਂ ਹੋਤਾ। ਪਿੱਛੇ ਵੋ ਆਪਣੇ ਆਪ ਬੁਝੀ ਬੁਝੀ ਨਹੀਂ ਇਹ ਬੁਝੀ ਨਹੀਂ ਹੈ ਵੋ ਚੱਲਾ ਉੜਾਈ ਜੀ ਉੜਾਈ ਮੈਂ ਪਿੱਛੇ ਇਹ ਉਹ ਮੁਖਾ ਮੈਂ ਸਾਈਡ ਸਾਈਡ ਫੜੋ ਪਰਲੀ ਉਹ ਅੱਗ ਨਾ ਲੱਗ ਜਾ ਜੀ ਕੋਰੇ ਮੈਂ ਦੀ ਕਮਾਂ ਬੱਤੀ ਪੇ ਹਵਾ 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 ਮਾਰੇ ਬਹੁਤ ਸਪੀਡ ਆ ਓਏ। ਹੈਲੋ ਵੀ ਮਿੱਤਰੋ, ਟਾਈਮ ਹੋ ਗਿਆ ਜੀ ਸ਼ਾਮ ਦੇ 6:30 ਹੋ ਗਏ ਜੀ, ਤੇ ਆਪਾਂ ਜਾ ਰਹੇ ਹਾਂ ਪੀਰ ਬਾਬੇ ਮੱਥਾ ਟੇਕਣ। ਪਰ ਆਪਾਂ ਨੇ ਨਾ ਇੱਧਰ ਵੀ ਜਾਣਾ ਜੀ, 200 ਫੁੱਟ ਰੋਡ ਨੂੰ ਹੋ ਗਏ ਨਾ ਪਿੱਛੋਂ ਰਸਤਾ ਲੈ ਗਏ, ਕਿਉਂਕਿ ਇਹਨਾਂ ਨੇ ਇੱਧਰੋਂ ਮੇਨ ਰੋਡ ਬੰਦ ਕਰਿਆ ਹੋਇਆ। ਪਿੱਛੋਂ ਇੱਕ ਘੰਟਾ ਤੁਹਾਨੂੰ ਦਿਖਾਉਂਦਾ, ਉੱਧਰੋਂ ਜਾ ਕੇ ਪੁੜਦੇ ਥੱਲੇ ਨੂੰ ਕੇ ਦੁਆਰੇ ਫਿਰ ਜਿਹਾ ਬਸ ਰੋਡ 'ਤੇ ਚੜਨਾ। ਬੜਾ ਲੰਬਾ ਘੁੰਮਣਾ ਪੈ ਰਿਹਾ, ਦਿਖਾਉਂਦਾ ਜੀ ਮੈਂ ਤੁਹਾਨੂੰ ਚੱਲਦੇ ਆ। ਲੈ ਬਈ ਦੇਖੋ ਜੀ, ਆਹ 200 ਫੁੱਟ ਰੋਡ 'ਤੇ, ਆਹ 200 ਫੁੱਟ ਰੋਡ ਤੋਂ ਆਪਾਂ ਨੇ ਇੱਥੋਂ ਆਹ ਇੱਥੋਂ ਰਸਤਾ ਮੁੜਦਾ। ਜਿਹਨਾਂ ਨੂੰ ਤਾਂ ਪਤਾ ਉਹ ਬੰਦੇ ਤਾਂ ਪਹਿਲਾਂ ਹੀ ਕੱਟ ਲੈ ਲੈਂਦੇ ਨੇ, ਜਿਵੇਂ ਆਹ ਨੌ ਵਾਲੇ ਨੂੰ ਪਤਾ ਦੇਖੋ ਇੱਧਰ ਨੂੰ ਜਾਣ ਦਾ, ਕਿ ਆਇਆ ਕਲੋਨੀ ਵਾਲੇ ਕੋ ਐਫੀਨਿਟੀ ਕਲੀਨ, ਜਾਂ ਤਾਂ ਉਹਦੇ ਦਾ ਕਸਟਮਰ ਉਹਦਾ ਬੰਦਾ ਆਉਣਾ ਉੱਥੇ ਰਹਿੰਦਾ ਹੋਣਾ। ਅੱਗੇ ਨਾ ਫਿਰ ਉਹ ਜਾਣਾ ਕਾਫੀ ਅੱਗੇ ਘੁੰਮ ਕੇ ਨਾ, ਅਤੇ ਜਾਮ ਹੁੰਦਾ ਹੈ। ਇੱਧਰੋਂ ਨਿਕਲ ਗਿਆ ਸਿੱਧਾ ਉਹ ਐਮੀਨੈਂਸ ਕੋਲ ਪੁਲ ਦੇ ਥੱਲੇ ਕੱਟ ਹੈ, ਜਿੱਥੋਂ ਆਪਾਂ ਮੁੜਨਾ ਡੇਰਾ ਬਸੀ ਵੱਲ ਨੂੰ, ਉੱਧਰ ਨੂੰ ਮੋੜ ਦੂਗਾ ਇਹ। ਇਹ ਸ਼ਾਰਟਕੱਟ ਰਸਤਾ ਹੈ, ਰੱਟ ਗਿਆ ਸੋਰੀ, ਰਸਤਾ ਹੈ 200 ਫੁੱਟ ਰੋਡ ਤੋਂ। ਆਹ ਦੇਖੋ ਆਹ ਬਣ ਰਿਹਾ ਨਾਲੇ ਫਲੱਟ, 3 and 4 BHK ਨਵਾਂ ਪ੍ਰੋਜੈਕਟ, ਡਰਾਈਵਰ ਖੜਾ ਹੋ ਗਿਆ ਰਹਿ ਜਿਹੜਿਆਂ ਦਾ ਹੈ, ਅਤੇ ਆ ਰਿਹਾ ਐਫੀਨਿਟੀ ਗ੍ਰੀਨ ਵਾਲੇ ਨਾ ਜਿਹੜੇ ਹੈਗੇ। ਐਫੀਨਿਟੀ ਗ੍ਰੀਨ ਤੋਂ ਹੁੰਦੇ ਹੋਏ ਆ ਸਿੱਧਾ ਸਿੰਘਪੁਰੇ ਪਿੰਡ ਨੂੰ ਜਾਂਦਾ, ਪੁਰਾਣਾ ਰੋਡ ਹੈ, ਪੱਕਾ ਕਰਦੇ ਆ, ਟਾਈਲਾਂ ਲੱਗ ਗਿਆ ਸਾਰੇ 'ਚ। ਆ ਪਿੰਡ ਵਾਲਿਆਂ ਦਾ ਪੁਰਾਣਾ ਖੇਤੀ ਵਾਲਾ ਰੋਡ ਹੈ, ਬੜਾ ਹੋ ਗਿਆ, ਫਲੱਟ ਦਾ ਰੋਡ ਹੈ। ਇੱਧਰ ਨੂੰ ਹੋ ਗਿਆ ਆਪਾਂ ਸਿੱਧਾ ਸਿੰਘਪੁਰੇ ਨੂੰ ਹੋ ਕੇ ਨਿਕਲ ਜਾਵਾਂਗੇ ਜੀ। ਆ ਦੇਖੋ ਨਵਾਲਾ ਜਾ ਰਿਹਾ ਨਾ, ਉਹ ਵੀ ਇੱਧਰ ਹੀ ਨਿਕਲੂਗਾ। ਬਿਲਕੁਲ 3 ਖੜਿਆ ਤਾ ਆ ਪਾਟ ਕੈਥਲੋਨ ਕੋਲ ਆ ਗਏ ਵਾਪਸ। ਮਾੜਾ ਜਿਹਾ ਡੀ ਮਾਟਰ ਬਣਾ ਜਾਂਦੇ ਹੋ ਯਾਰ, ਫੇਸ ਵਾਸ਼ ਮੁੱਕ ਗਿਆ ਤਾ ਲੈਣਾ, ਅਤੇ ਦੇਖ ਲਓ ਇੰਨੇ 'ਚ ਹਨੇਰਾ ਹੋ ਗਿਆ, 30-40 ਮਿੰਟਾਂ 'ਚ ਐਨ ਘੁੱਪ ਹਨੇਰਾ ਹੋ ਗਿਆ। ਆ ਦੇਖੇ ਜਾ ਰਿਹਾ ਰੋਂਗ ਸਾਈਡ, ਇਹ ਚੱਕਰ 'ਚ ਜਾ ਰਿਹਾ ਇੱਧਰ ਦੂਰ ਪਊਗਾ। ਅਤੇ ਚਲੋ ਆ ਗਏ ਆਪਾਂ ਜੀ, ਚੱਲਦੇ ਹਾਂ ਡੀ ਮਾਟ। ਡੀ ਮਾਟ ਬਸ 10 ਮਿੰਟ ਲਾਉਣੇ ਆ, ਉਹ ਚੱਕਣਾ ਇੱਕ ਕੱਪ ਟੁੱਟ ਗਿਆ।
ਚੀਜ਼ਾਂ ਲੈਣੀਆਂ ਨੇ, ਉਹ ਤੋਂ ਬਾਅਦ ਫਿਰ ਨਿਕਲੇ ਘਰੇ, ਰੋਟੀ ਪਾਣੀ ਖਾਈਏ ਅਤੇ ਪੀਏ, ਕਿਉਂਕਿ ਸਵੇਰੇ ਸਾਜਰੇ ਜਾਣਾ ਮੈਨੂੰ ਕੰਮ ਹੈ, ਫਿਰ ਮੈਂ 10 ਵਜੇ ਨੂੰ ਦਫ਼ਤਰ ਵੀ ਪਹੁੰਚਣਾ ਕੱਲ੍ਹ ਨੂੰ। ਦੋ ਤਿੰਨ ਵੀਡੀਓ ਪੈਂਡਿੰਗ ਚੱਲ ਰਹੀਆਂ ਕੋਠੀਆਂ ਦੀ, ਉਹ ਬਣਾ ਕੇ ਕਿਉਂਕਿ ਪਾਣੀਆਂ ਵੀ ਆਪਣੇ ਚੈਨਲ 'ਤੇ, ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਜੀ। ਦੂਜਾ ਗੁਰੀ ਪ੍ਰੋਪਰਟੀ, ਅਗਰ ਕਿਸੇ ਨੂੰ ਕੋਈ ਪ੍ਰੋਪਰਟੀ ਰਿਕੁਆਇਰਮੈਂਟ ਹੋਵੇ ਤਾਂ ਮੇਰਾ ਚੈਨਲ ਹੈ ਗੁਰੀ ਪ੍ਰੋਪਰਟੀ, ਸਬਸਕ੍ਰਾਈਬ ਕਰ ਲਿਆ ਜੀ। ਲਓ ਜੀ ਆ ਗਏ ਆਪਾਂ ਡੀ ਮਾਰਟ, ਇੱਧਰੋਂ ਕਰਾਂਗੇ ਡੀ ਮਾਰਟ ਦੀ ਐਂਟਰੀ, ਇੱਧਰੋਂ ਐਂਟਰੀ ਇੱਧਰੋਂ ਡੀ ਮਾਰਟ, ਢਿੱਲੋਂ ਪਲਾਜ਼ਾ ਦੇ ਨੇੜੇ ਹੈ ਆਪਣਾ ਡੀ ਮਾਰਟ। ਚਲੋ ਜੀ ਚੱਲੀਏ, ਉੱਥੇ ਗੱਡੀ ਲਾਈਏ ਫਿਰ ਚੱਲੀਏ। ਮਿੱਤਰਾਂ 9:20 ਹੋ ਗਏ, 8:20 'ਤੇ ਐਂਟਰੀ ਕਰੀ ਸੀ, ਘੰਟਾ ਲੱਗਾ ਡੀ ਮਾਰਟ ਵਾਲੇ, 20-25 ਤਾਂ ਵੀ ਲਾ ਲਏ ਗਏ ਆ, ਬਾਕੀ ਮੈਂ ਘੁੰਮਣੇ ਜਾਂ ਇੱਕ ਚੀਜ਼ ਦੇਖਣੇ ਜਾਂ ਨਾ ਕਰਦੇ ਕਰਦੇ ਫਿਰ ਵੀ 1000 ਰੁਪਏ ਦਾ ਸਮਾਨ ਲੈ ਲਿਆ, ਸਿਰਫ ਉਹੀ 500 ਰੁਪਏ ਦਾ ਪੌਂਡ ਹੋਈ ਆ ਫੇਸ ਵਾਸ਼ ਪੌਂਡਸ ਦੇ, ਉਹ ਇੱਕ ਨਾਲ ਇੱਕ ਫਰੀ ਮਿਲ ਗਿਆ, ਜੇ 100 ਗ੍ਰਾਮ ਦਾ ਲੈ ਰਿਹਾ ਸੀਗਾ ਉਹ 200 ਰੁਪਏ ਦਾ ਇਕੱਲਾ ਪੈ ਰਿਹਾ ਸੀਗਾ, ਆਪਾਂ 200 ਗ੍ਰਾਮ ਦੇ 500 ਰੁਪਏ 'ਚ ਧੂਲ ਲੈ ਲਏ, ਮੰਨ ਲਓ ਜੇ 100 ਗ੍ਰਾਮ ਦਾ ਇੱਕ ਲੰਦਾ ਧੂ 4 ਲੰਦਾ 800 ਦੇ, ਆਪਾਂ ਨੂੰ 550-550 'ਚ 200-200 ਦੇ ਧੂ ਮਿਲ ਗਏ। ਬਣੀ ਚੀਜ਼ ਇਹਦਾ ਲਾਈਫ 26 ਤੱਕ ਵੈਲਿਡ ਨੇ, ਤਾਂ ਰੋਜ਼ ਲਾਉਣੀ ਹੈ, ਇਹਨੂੰ ਛੋਟਾ ਲੈ ਕੇ ਕਰਨਾ। ਅਤੇ ਚਲੋ ਚੱਲਦੇ ਜੀ ਹੁਣ ਘਰੇ, ਜਾ ਕੇ ਰੋਟੀ ਪਾਣੀ ਖਾਈਏ ਅਤੇ ਫਿਰ ਸੋਈਏ, ਕਿਉਂਕਿ ਸਵੇਰੇ ਜਲਦੀ ਉੱਠਣਾ ਵੀ ਹੈ, ਫਿਰ ਨਹਾਉਣਾ ਧੋਣਾ ਵੀ ਹੈ। ਪਰ ਹੁਣ ਦੀਆਂ ਸਾਡੀ ਦੀਆਂ ਚੱਲ ਰਹੀਆਂ ਛੁੱਟੀਆਂ ਵਾਲੇ, 100 ਵਾਰ ਨੂੰ ਸਕੂਲ ਲੱਗਣਾ ਹਾਲੇ ਤਾਂ ਦੁਆਰੇ, ਬਾਕੀ ਦੇਖੋ ਜੇ PTM ਵੀ ਆਉਣੀ ਹੈ, ਦਿਖਾ ਦਿੰਦੀ ਉਹ ਵੀ ਨਹੀਂ ਪਤਾ ਜੀ, ਸ਼ਾਇਦ ਸ਼ਨੀਵਾਰ ਗਿਆ ਹੋ ਗਿਆ 100%। ਟਾਈਮ ਦੇਖੋ 10:10 ਅਤੇ ਮੀਂਹ ਕੰਟੀਨਿਊ ਚੱਲ ਰਿਹਾ, ਦੇਖੋ ਵਾਹ ਜੀ ਵਾਹ ਬਾਬਾ ਜੀ, ਅੱਜ ਤਾਂ ਤਸੱਲੀ ਕਰਾ ਦੀ ਆ, ਦੇਖੋ ਕੰਟੀਨਿਊ ਚੱਲ ਰਿਹਾ, ਵਧੀਆ ਮੀਂਹ ਕੰਟੀਨਿਊ, ਵਾਹ ਮੇਰੇ ਪਰਮਾਤਮਾ, ਅੱਜ ਤਾਂ ਸਾਰੇ ਰੋਣੇ ਧੋਣੇ ਧੋ ਦੇ ਐਨ ਬਿਲਕੁਲ। ਬਹੁਤ ਵਧੀਆ ਆਹ ਦੇਖੋ ਜੀ ਸਾਡੀ ਪਰੀ ਰਾਣੀ ਨਾਰੀ, ਬਹੁਤ ਦਿਨ ਹੋ ਗਏ ਕਰਦੀ ਮੈਂ ਨਹਾਉਣਾ ਨਹਾਉਣਾ, ਅੱਜ ਇੰਜੋਏ ਕਰਨ ਦਾ ਮੌਕਾ ਮਿਲਿਆ, ਛੁੱਟੀ ਸੀ ਨਾ ਤਾਂ ਇੰਜੋਏ ਕਰ ਰਹੀ ਹੈ, ਨਾਲ 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 ਖੇਡ ਲੈ ਥੋੜ੍ਹੀ ਦੇਰ, ਕਰ ਲੈ ਇੰਜੋਏ ਜਿਹੜਾ ਕਰਨਾ, ਚੰਗਾ ਮੀਂਹ ਪੈ ਗਿਆ ਜੀ, ਵਧੀਆ ਝੜੀ ਲੱਗ ਗਈ ਜੀ, ਹਾਂ ਹਾਂ ਕੋਈ ਨਹੀਂ ਬਾਅਦ 'ਚ ਦਿਖਾਵਾਂਗੇ। ਆਹ ਦੇਖੋ ਸਾਡੀ ਪਰੀ ਰਾਣੀ, ਹਾਂ 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 ਚੱਲ ਚੱਲ, ਆਹ ਸਾਡੀ ਪਰੀ ਰਾਣੀ, ਇਹ ਕਿਹਾ ਵੀ ਚੌ ਪੂਰਾ ਹੋ ਗਿਆ ਨਹਾਉਣੇ ਵਾਲਾ, ਕਿੰਨੇ ਦਿਨ ਇਹ ਟੱਪਰੀ ਦੀ ਨਹਾਉਣਾ ਨਹਾਉਣਾ ਨਹਾਉਣਾ, ਚੱਲ ਜਾ ਜਲਦੀ ਨਹਾ ਕੇ ਆ ਜਾ, ਬੜਾ ਬੜਾ ਤੌਲੀਏ ਚੱਕ ਲਿਆ ਬਾਥਰੂਮ 'ਚੋਂ, ਪਹਿਲਾਂ ਨਹਾ।